ਅਕਾਲ ਜੀ ਕੀ ਹਾਲ ਚਾਲ ਜੀ ਮੈਂ ਮੱਗਰ ਭੋਲੀ ਤੇ ਕਿੰਮੀ ਪਵਨ ਦੇ ਨਾਲ ਜੀ ਲੈ ਕੇ ਆਏ ਆ ਫਿਰ ਇੱਕ ਵੀਡੀਓ ਕਮਾਲ ਜੀ ਹੋਟਲ ਚ ਗਾਹ ਪਾਇਆ ਸਵੇਰੇ ਸਵੇਰੇ ਸੋ ਬਾਹਰ ਜਾ ਕੇ ਗੱਲ ਕਰਦੇ ਆ ਖੜ ਜਾਓ ਅਸੀਂ ਤਾਂ ਹੁਣ ਉੱਠੇ ਆ ਇਹ ਜਨਾਬ ਤਾਂ ਸਵੇਰ ਦੇ ਉੱਠ ਕੇ ਗੀੜੇ ਗੂੜੇ ਦੇ ਕੇ ਅੱਧਾ ਮਨਾਲੀ ਘੁੰਮੇ ਆਏ ਇਹ ਬਰਫ ਹੁਣ ਇਹਨਾਂ ਨੇ ਆਪਦੇ ਬਲੌਗ ਚ ਦਿਖਾਤੀ ਹੋਣੀ ਆਪਾਂ ਹੋਰ ਕੀ ਬਰਫ ਦਿਖਾਵਾਂਗੇ ਅਸੀਂ ਬਰਫ ਵਾਲੇ ਪਹਾੜਾਂ ਤੇ ਕੱਲ ਨੂੰ ਜਾਵਾਂਗੇ ਅੱਜ ਅਸੀਂ ਜਿਹੜਾ ਕੰਮ ਕਰਨ ਆਏ ਆ ਪਹਿਲਾਂ ਉਹ ਕੰਮ ਕਰਨਾ ਵਾ ਭੈਣੇ ਚੁੱਪ ਕਰ ਜਾਓ 2 ਮਿੰਟ ਹਾਂ ਤੇ ਬਾਕੀ ਹੁਣ ਸਭ ਤੋਂ ਪਹਿਲਾਂ ਪਰੌਂਠੇ ਛਕ ਲਈ ਹੈ ਬਾਕੀ ਠੀਕ ਆ ਪਰ ਵੈਜ ਪਰੌਂਠਾ ਇੱਕੋ ਹੀ ਹੋਰ ਸਾਹ ਜੀ ਮੈਨੂੰ ਤਾਂ ਭੁੱਖ ਲੱਗੀ ਹੈ ਹਾਂਜੀ ਵਧੀਆ ਵਧੀਆ ਜੀ ਵਧੀਆ ਠੀਕ ਠਾਕ ਆ ਕਿਹੜਾ ਪ੍ਰਣ ਲੈ ਲਿਆ ਮੈਂ ਪਤਲੀ ਹੋਣ ਇਹ ਅਸੀਂ ਪ੍ਰਾਣਾ ਨਾ ਇਹ ਅਸੀਂ ਪ੍ਰਾਣ ਲੈ ਆਇਆ ਮੋਟੀ ਹੋਣ ਦਾ ਮੋਟੀ ਹੋਣਾ ਬਦਲ ਲੋ ਝੂਠਾ ਗਾ ਲੱਗ ਦੂਜੇ ਦਾ ਸਹੀ ਗੱਲ ਆ ਖਾਣੀ ਆ ਹੁਣ ਕੱਲ ਦੇ ਥੋੜਾ ਥੋੜਾ ਸਰਾਂਗੇ ਕੀ ਪਤਾ ਫਰਕ ਪੈ ਜੇ ਅਸੀਂ ਪ੍ਰਾਣ ਲੈ ਆ ਨਹੀਂ ਜੀ ਕੋਈ ਸੋਚਿਆ ਗਿਆ ਜੀ ਅਸੀਂ ਚੱਲਦੇ ਆ ਅੱਜ ਘੁੰਮਦੇ ਆ ਮਨਾਲੀ ਤੇ ਨਾਲੇ ਕੰਮ ਕਰ ਕਰੀਏ ਤੇ ਬਾਕੀ ਇੰਸਟਾਗ੍ਰam ਤੇ ਫੋਟੋਆਂ ਤੇ ਰੀਲਾਂ ਪਾਵਾਂਗੇ ਹਾਂ ਉਹ ਵੀ ਲਾਈਕ ਕਰਦੇ ਹੋਏ ਥੋੜਾ ਜਿਹਾ ਸਨੈਪਚੈਟ ਹੁਣ ਅਸੀਂ ਮਾਸਕ ਲਾ ਲਈਏ ਨਹੀਂ ਤਾਂ ਇਹ ਮਾਮੇ ਰੋਕ ਲੈਂਦੇ ਆ ਯੈਸ ਸੌਰੀ ਸੀਟ ਬੈਲਟ ਵੀ ਲਾ ਲਵਾਂ ਮੈਂ ਨਹੀਂ ਪਤਾ ਲੱਗਦਾ ਹੈ ਨਾ ਹੁਣ ਉਹਨਾਂ ਨੇ ਇਹੀ ਕਹਿਣਾ ਡੈਡੀ ਕਹੂਗਾ ਅੱਛਾ ਜਾਂ ਤਾਂ ਡੈਡੀ ਕਹਿਣਗੇ ਉਹੀ ਕੁੜੀ ਜਿਹੜੀ ਲੇਸ ਖਾਂਦੀ ਹੈ ਡੈਡੀ ਕਹੂਗਾ ਇਹ ਕਿਰਨ ਵਾਲੀ ਚਲੋ ਜੀ ਹੁਣ ਫਿਰ ਅਸੀਂ ਚੱਲਦੇ ਆ ਓਲਡ ਮਨਾਲੀ ਤੇ ਉੱਥੇ ਜਾ ਕੇ ਖਾਂਦੇ ਆ ਪਰੌਂਠੇ ਫਿਰ ਤੁਹਾਨੂੰ ਮਿਲਦੇ ਆ ਮੈਂ ਮਨਾਲੀ ਕਾਫੀ ਵਾਰੀ ਆਇਆ ਬਟ ਆਪਾਂ ਮਾਲ ਰੋਡ ਤੋਂ ਦਾਰੂ ਦਰੂ ਪੀ ਕੇ ਮੁੜ ਜਾਈਦਾ ਅੱਜ ਪਹਿਲੀ ਵਾਰੀ ਅਸੀਂ ਓਲਡ ਮਨਾਲੀ ਵੱਲ ਆਏ ਆ ਆਏ ਤੇ ਬੀਅਰ ਪੀਣ ਹਾਂ ਤੇ ਉਹਨਾਂ ਦੇ ਬੀਅਰ ਪੀਣ ਆਏ ਆ ਓਲਡ ਮਨਾਲੀ ਕਹਿੰਦਾ ਵੀ ਕਲੱਬ ਹਾਊਸ ਆ ਕੋਈ ਜਗ੍ਹਾ ਜਿੱਥੇ ਕਾਫੀ ਸਾਰੀਆਂ ਐਕਟੀਵਿਟੀਆਂ ਵੀ ਹੁੰਦੀਆਂ ਨੇ ਤੇ ਬੰਦਾ ਖਾ ਪੀ ਵੀ ਲੈਂਦਾ ਅਸੀਂ ਅੱਜ ਐਡਵੈਂਚਰ ਕਰਾਂਗੇ ਆ ਮੈਨੂੰ ਕਿਤੇ ਮੁਰਿਆ ਬੋਰਡ ਦੀ ਨਾ ਕਿੰਗਫਿਸ਼ਰ ਵਾਲਾ ਬੜਾ ਸੋਹਣਾ ਲੱਗ ਰਿਹਾ ਮੈਨੂੰ ਵੀ ਮਾਤਲ ਕਲੱਬ ਆਉਂਦਾ ਸਹੀ ਗੱਲ ਆ ਸਹੀ ਗੱਲ ਆ ਅਸੀਂ ਚੂਹੇ ਬਣਨ ਨੂੰ ਤਿਆਰ ਆ ਬਿੱਲੀਆਂ ਤਿਆਰ ਆ ਬਿੱਲੀਆਂ ਨੂੰ ਚੂਹੇ ਅਸੀਂ ਬਿੱਲੀ ਮੰਨ ਲਈ ਤਿਆਰ ਆ ਸਾਨੂੰ ਸਾਡਾ ਚੂਹਾ ਲਿਆਓ ਇੱਥੇ ਐਂਟਰੀ ਹੋਊਗਾ ਦੇ ਕਰੋਨਾ ਕਰਕੇ ਮੈਨੂੰ ਲੱਗਦਾ ਕਾਫੀ ਦੁਕਾਨਾਂ ਬੰਦ ਨੇ ਹੋਰ ਯਾਰ ਸਾਰਾ ਕੁਝ ਹੀ ਬੰਦ ਆ ਚਲੋ ਕੋਈ ਨਾ ਤੁਸੀਂ ਇੱਥੇ ਜੁਐਲਰੀ ਲੈ ਕੇ ਦੋ ਉਹ ਬੰਦ ਲਾਈ ਬੰਦ ਕੀ ਆ ਤਾਂ ਕਿੱਥੇ ਬੈਠਾ ਕਾਫੀ ਜਦੋਂ ਜਾਇ ਤੋਂ ਬਾਅਦ ਸਾਨੂੰ ਖਾਣ ਵਾਲੀ ਜਗ੍ਹਾ ਮਿਲੀ ਆ ਮਿਲੀ ਪਤਾ ਕਿਹੜੀ ਲੋਕੇਸ਼ਨ ਤੇ ਆ ਲੋਕੇਸ਼ਨ ਇੱਧਰ ਬੰਦੇ ਇੱਧਰ ਬੰਦੇ ਇੱਧਰ ਖਾਣ ਵਾਲੇ ਉਹ ਤੈਨੂੰ ਚੱਕ ਕੇ ਲੈ ਜਾਵਾਂਗੇ ਲਓ ਵੀ ਚੱਕ ਦੋ ਘੜੇ ਤੋਂ ਕੋਲਾ ਆਹ ਸਾਰੇ ਪਰੌਂਠੇ ਕਰਨ ਦੇ ਆ ਤੇ ਬਾਕੀ ਸਾਡੇ ਅਸੀਂ ਪੀਣਾ ਆ ਅੱਜ ਇਹਨੂੰ ਸਾਈਡ ਤੇ ਰੱਖ ਦੋ ਘਰੇ ਛਿੱਤਰ ਪੈਣਗੇ ਇਹ ਪਹਿਲਾਂ ਹੀ ਭਾਈ ਸਾਰੇ ਟੇਬਲਾਂ ਤੇ ਪਿਆ ਹੈ ਸਾਡਾ ਨੌ ਨੌ ਲੱਗ ਜਾ ਅਸੀਂ ਤਾਂ ਭਾਈ ਪਰੌਂਠੇ ਅਸੀਂ ਤਾਂ ਪਰੌਂਠੇ ਪਰੌਂਠੇ ਖਾਣ ਵਾਲਿਆਂ ਚ ਆ ਵਿਦ ਮੱਖਣ ਜਾਂ ਅਚਾਰ ਮੱਖਣ ਹਾਂਜੀ ਹਾਂ ਦੇਖੋ ਇੱਧਰ ਦੇਖਿਓ ਕਿਸੇ ਨੂੰ ਨਹੀਂ ਪੁੱਛਿਆ ਸ਼ੁਰੂ ਯਾਰ ਭੁੱਖ ਲੱਗੀ ਪਈ ਆ 12 ਦਾ ਵੱਜੇ ਪਏ ਨੇ ਚਲੋ ਓਕੇ ਤਾਂ ਸਵਾਦ ਨੇ ਪਰੌਂਠੇ ਬਹੁਤ ਹਾਏ ਲਓ ਵੀ ਅਸੀਂ ਪਰੌਂਠੇ ਪਰੂਠੇ ਖਾ ਲਏ ਤੇ ਹੁਣ ਅਸੀਂ ਤੁਹਾਨੂੰ ਜੰਗਲ ਦਿਖਾਉਣੇ ਆ ਦੇਖੋ ਇੱਧਰ ਸਾਡੇ ਜੰਗਲ ਆ ਇਹਦੇ ਨਾਲ ਅੰਦਰ ਜਾ ਕੇ ਬਹੁਤ ਵਧੀਆ ਲੱਗਦਾ ਤੁਸੀਂ ਜਾਣਾ ਜੰਗਲ 'ਚ ਜੰਗਲ 'ਚ ਜਾਣਾ ਪਿੰਦਰ ਜੀ
ਆਪ ਅਕੇਲੇ ਅਕੇਲੇ ਜਾ ਰਹੇ ਹੋ ਮੈਂ ਫਟਿਆ ਮੈਂ ਵਲੌਗ ਨਹੀਂ ਬਣਾਉਣਾ ਅੱਜ ਤੋਂ ਨਾ ਬਣਾ ਮੈਨੂੰ ਪਰੌਂਠਾ ਘੱਟ ਖਵਾਇਆ ਇਹਨਾਂ ਨਾ ਬਣਾਵੋ ਫਿਰ ਜੈ ਖਾਣੇ ਦਾ ਚਾਰ ਪਰੌਂਠੇ ਖਾ ਗਿਆ ਦੋ ਬ੍ਰੈਡ ਆਮਲੇਟ ਖਾ ਗਿਆ ਡੇਢ ਚਾਹ ਪੀ ਗਏ ਖਾ ਗਿਆ ਕੀ ਹੁੰਦੀ ਆ ਖਾ ਗਏ ਦੋ ਚਾਹਾਂ ਪੀ ਗਏ ਹਲੇ ਵੀ ਇਹਨਾਂ ਨੂੰ ਭੁੱਖ ਆ ਹਲੇ ਮੈਨੂੰ ਕਹਿੰਦੇ ਤੂੰ ਵੱਧ ਖਾਣੀ ਆ ਰੋਟੀ ਨੀ ਮਿਲਦੀ ਹੈਗੀ ਚਲੋ ਜੀ ਹੁਣ ਤੁਹਾਨੂੰ ਅਸੀਂ ਉਹ ਜੰਗਲ ਦਿਖਾਉਣੇ ਆ ਤੇ ਉਹਦੇ ਵਿੱਚ ਜਾ ਕੇ ਮਿਲਦੇ ਆ ਲਓ ਜੀ ਪਰੌਂਠੇ ਪਰੌਂਠੇ ਖਾਣ ਤੋਂ ਬਾਅਦ ਆਪਾਂ ਇਸ ਜੰਗਲ 'ਚ ਫੋਟੋਗ੍ਰਾਫੀ ਕਰਨ ਐਂਡ ਕੁਛ ਕੁ ਰੀਲਾਂ ਬਣਾਉਣਾ ਆ ਤੇ ਬਾਕੀ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਲੈ ਅੱਛਾ ਅਸਾ ਤੇ ਬਾਕੀ ਜੇ ਕੋਈ ਬੰਦਾ ਦੱਸ ਸਕਦਾ ਇੱਥੇ ਕਿੰਨੇ ਦਰਖਤ ਨੇ ਤਾਂ ਉਹ ਬੰਦਾ ਇੱਕ ਦੱਸ ਸਕਦਾ ਕੌਣ ਉਹ ਬੰਦਾ ਉਹ ਦੱਸ ਸਕਦਾ ਇੱਥੇ ਕਿੰਨੇ ਦਰਖਤ ਨੇ ਕਿਉਂਕਿ ਉਹ ਬੰਦਾ ਕੁਛ ਵੀ ਦੱਸ ਸਕਦਾ ਵਾ ਇਹਨਾਂ ਦਾੜੀ ਲਓ ਵੀ ਸਾਨੂੰ ਇੱਥੇ ਡੇਢ ਘੰਟਾ ਹੋ ਗਿਆ ਵੀਡੀਓ ਬਣਾਉਂਦਿਆਂ ਨੂੰ ਫੋਟੋਆਂ ਖਿੱਚਦਿਆਂ ਨੂੰ ਕਿਉਂਕਿ ਇਹ ਆ ਜਗ੍ਹਾ ਬਹੁਤ ਸੋਹਣੀ ਆ ਦਰਖਤੀ ਦਰਖਤ ਨੇ ਬਹੁਤ ਸੋਹਣੇ ਤੇ ਬਾਕੀ ਬਲੌਗ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਪਿਛਲੇ ਵਾਲਾ 50,000 ਹੋ ਗਿਆ ਹੈ ਧੰਨਵਾਦ ਬਹੁਤ ਬਹੁਤ ਤੇ ਇਹਨਾਂ ਵਾਲਾ ਲੱਖ ਤੁਹਾਡੇ ਲੱਖ ਹੋ ਗਿਆ ਲੱਖ ਹੋਣੇ ਆ ਲੱਖ ਹੋ ਗਿਆ ਕਰਾ ਦੋ ਕਮੈਂਟ ਕਰਕੇ ਦੱਸਿਓ ਹੈ ਮਨਾਲੀ ਕਿੱਥੇ ਆ ਕਮੈਂਟ ਕਰਕੇ ਦੱਸਿਓ ਵੀ ਦੱਸਿਓ ਨਾ ਸਭ ਤੋਂ ਵਧੀਆ ਗੱਲ ਹੁਣ ਇਹ ਬਾਈ ਇਹਨਾਂ ਪ੍ਰਪੋਜ਼ ਕਰਨ ਲੱਗਿਆ ਵੀਰਾ ਦੇਖ ਲਓ ਜੀ ਆਪਣੇ ਪਲਾਨ ਚ ਥੋੜੀ ਜਿਹੀ ਚੇਂਜ ਆ ਗਈ ਜਾਣਾ ਸੀਗਾ ਆਪਾਂ ਹੜਿੰਬਾ ਟੈਂਪਲ ਬਟ ਇੱਥੇ ਪਵਨ ਤੇ ਕਿੰਮੀ ਦੇ ਵਿੱਚ ਨਾ ਚੈਲੰਜ ਦੀ ਸ਼ਰਤ ਲੱਗ ਗਈ ਗੋਲ ਗੱਪਿਆਂ ਦੀ ਸੋ ਦੇਖਦੇ ਹਾਂ ਕੌਣ ਜਿੱਤਦਾ ਪਹਿਲਾਂ ਗੋਲ ਗੱਪਾ ਪਵਨ ਨੇ ਖਾਣ ਲੱਗੇ ਹੈਂ ਇੱਕ ਇੱਕ ਕੌਣ ਜੀ ਤੂੰ ਕੀ ਵਿਚਾਰ ਨੇ ਪਵਨ ਹਾਰਨਾ ਨੀ ਦੋ ਪਵਨ ਦੇ ਚਾਰ ਹੋ ਗਏ ਇੱਧਰ ਦੋ ਹੀ ਖਾਧੇ ਵਾਲੇ ਮਿਰਚ ਪਾਈ ਨਹੀਂ ਇਹ ਮਿੱਠਾ ਤੇਜ਼ ਕਰਦੀ ਹੋਰ ਉਸਤਾਦ ਜੀ ਕੀ ਹਾਲ ਹੈ ਦੋਨੋਂ ਕੋ ਮਿਰਚ ਬਰਾਬਰ ਰੱਖਣਾ ਹੈ ਸਿਰ ਸਿਰ ਧੜਦੀ ਬਾਜੀ ਲੱਗ ਗਈ ਇਹਦੇ ਅੱਜ ਮੇਰਾ ਤਾਂ ਇੱਕ ਅੱਧਾ ਵੱਡਿਆ ਜਾਊਗਾ ਦੋਨਾਂ ਚੋਂ ਹਾਂ ਕਰੂਗੇ ਕੁਛ ਜਿਹੜਾ ਅੱਜ ਢਿੱਡ ਭਰ ਗਿਆ ਜਿਹੜਾ ਹਾਰ ਗਿਆ ਉਹ ਅੱਜ ਰਾਤ ਨੂੰ ਇਕੱਲਾ ਹੋਟਲ ਤੋਂ ਬਾਹਰ 12 ਵਜੇ ਤੇ ਹੱਥ ਲਾ ਕੇ ਆਊ 12 ਵਜੇ ਰਾਤ ਨੂੰ ਗੇਟ ਤੇ ਹੱਥ ਲਾ ਕੇ ਆਊਗਾ ਜੀ ਚਾਰ ਹੋ ਗਏ ਟੈਂ 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 ਕਿਰਨ ਦੀ ਬਸ ਹੋ ਗਈ ਲਾਤਾ ਹਜੇ ਨਹੀਂ ਮੰਨਦੀ ਹਲ ਨਹੀਂ ਮੰਨਦੀ ਹਜੇ ਤਾਂ ਕਹਿੰਦੀ ਬਸ ਖਾਊਂਗੀ ਮੈਂ ਪਤਲੀ ਜਿਹੀ ਦੀ ਖੁਰਾਕ ਬਹੁਤ ਆ ਉਹ ਯਾਰ ਆ ਘੱਟ ਤਾਂ ਨਹੀਂ ਰਹਿਣਗੇ ਦੋਨਾਂ ਲਈ ਮੈਨੂੰ ਵੀ ਇਹੀ ਮੈਂ ਟੈਂਸ਼ਨ ਮੇਰੀ ਗੱਲ ਸੁਣੋ ਤੁਹਾਨੂੰ ਅਸੀਂ ਚੈਲੰਜ ਦੀ ਖੁੱਲ ਦੇਤੀ ਦਾ ਮਤਲਬ ਇਹ ਨਹੀਂ ਹੈਗਾ ਰੱਜ ਕੇ ਗੋਲ ਗੱਪੇ ਖਾਣੇ ਆ ਪੈਸੇ ਸਾਡੇ ਲੱਗਣੇ ਆ ਤੁਹਾਡਾ ਸ਼ੌਂਕ ਪੂਰਾ ਹੋ ਜੀ ਖਾਣੇ ਵਾਲਾ
ਪਵਨ ਦਾ ਪਵਨ ਨੇ ਫੜ ਲਿਆ ਢੱਡਾ ਆਪਦਾ ਸਾਰ ਜੋ ਆ ਗਿਆ ਬਾਹਰ ਆ ਗਿਆ ਆ ਗਿਆ ਆ ਗਿਆ ਕਿੰਨੇ ਕਿੰਨੇ ਹੋ ਗਏ ਕਿੰਨੇ ਹੋ ਗਏ ਬਸ ਮੈਂ ਦਾ ਬਸ ਓਕੇ ਤੂੰ ਵੀ ਕਹਿ ਮੈਂ ਜਾਣ ਕੇ ਹਾਰੀ ਆ ਵੱਡੀ ਆ ਹਾਂ ਮੈਂ ਜਾਣ ਕੇ ਹਾਰੀ ਕਿਉਂਕਿ ਛੋਟੇ ਬੰਦੇ ਦਾ ਨਾ ਹਮੇਸ਼ਾ ਦਿਲ ਰੱਖਣਾ ਚਾਹੀਦਾ ਚਲੋ ਬਈ ਇਹ ਚੈਲੰਜ ਇੱਥੇ ਸਮਾਪਤ ਹੁੰਦਾ ਆ ਤੇ ਹੁਣ ਦੂਆ ਚੈਲੰਜ ਪਤਾ ਕੀ ਆ ਪਵਨ ਨੇ ਆ ਸਾਰਾ ਆ ਪੀਣਾ ਵਾ ਪਾਣੀ ਹਾਂਜੀ ਬਾਲੀ ਸਪੇਸ ਘੱਟ ਰਹਿ ਗਈ ਤੂੰ ਤਾਂ ਫਸ ਜਾਏਂਗੀ ਪਵਨ ਉਰੇ ਯਾਰ ਪਵਨੇ ਜੇ ਮੈਂ ਤੈਨੂੰ ਨਹੀਂ ਮੋਟੀ ਮੋਟੀ ਕਹੂੰਗਾ ਫਿਰ ਕਿਹਨੂੰ ਕਹੂੰਗਾ ਯਾਰ ਆਪਦੇ ਆਪ ਨੂੰ ਕਹੋ ਮੈਂ ਤਾਂ ਆਪਦੇ ਆਪ ਨੂੰ ਵੀ ਕਹਿੰਦਾ ਭਾਈ ਮੈਂ ਮੋਟਾ ਕਿਦਾਂ ਪਿਆਰ ਹੁੰਦਾ ਪਿਆਰ ਮੈਂ ਕਹਾਂ ਵੀ ਰੱਸੀ ਤੇ ਝੂਟ ਲੈਣੇ ਆ ਕਹਿੰਦੇ ਤੇ ਤੂੰ ਚੱਲੀ ਗਈ ਉਹ ਤਾਂ ਪੱਥਰ ਦੇ ਨਾਲ ਵੱਜਿਆ ਤੇ ਮੈਨੂੰ ਹਟਾ ਦਾ ਮੇਰਾ ਮੋਟੀ ਜੀਓ ਨਹੀਂ ਕੀਤਾ ਤੇ ਬਾਕੀ ਬਈ ਹੁਣ ਅਸੀਂ ਬਹੁਤ ਚਿੱਲ ਮਾਰ ਲਿਆ ਰਿਲੈਕਸ ਇੱਕ ਸਵੇਰ ਤੇ ਰਿਲੈਕਸ ਘੁੰਮ ਰਹੇ ਆ ਅਸੀਂ ਹੁਣ ਚੱਲੇ ਆ ਆਪਦੇ ਰੂਮ ਚ ਤੇ ਕੋਟ ਕੋਟ ਪਾ ਕੇ ਫਿਰ ਜਨੇ ਅਸੀਂ ਮਾਲ ਰੋਡ ਤੇ ਸਹੀ ਗੱਲ ਆ ਠੰਡ ਹੋ ਚੱਲੀ ਬਹੁਤ ਹੋਈ ਠੀਕ ਹੈ ਬਹੁਤ ਠੰਡ ਹੋ ਗਈ ਓਕੇ ਆਹਾ ਮੈਡਮ ਜੀ ਉਹੀ ਫਿਰਦੇ ਆ ਕਿ ਨਿੱਕੀ ਜੀ ਕੋਟੀ ਜੀ ਭਾਈ ਨਹੀਂ ਭਾਈ ਮੈਂ ਤਾਂ ਬੜੀ ਆ ਦੂਈ ਨਿੱਕੀ ਆ ਨਿੱਕੀ ਹੁੰਦੀਆਂ ਨੇ ਕੋਟੀਆਂ ਆ ਘਰੇ ਹੀ ਦੋ ਟੋਪੀਆਂ ਚਾਰ ਕੋਟ ਘਰੇ ਤਾਂ ਦੋ ਟੋਪੀਆਂ ਲੈ ਕੇ ਵੀ ਕਰੀ ਜਾਂਦੀ ਹਾਏ ਉਹ ਠੰਡ ਲੱਗਦੀ ਆ ਇੱਥੇ ਕਿੰਨੀ ਠੰਡ ਆ ਘਰੇ ਤਾਂ ਕੁਝ ਵੀ ਇੱਥੇ ਤਾਂ ਹੁਣ ਫੈਸ਼ਨ ਵੀ ਮਾਰਨੇ ਨੇ ਅਸੀਂ ਆ ਫੈਸ਼ਨ ਹੀ ਮਾਰਨੇ ਹਣ ਹੁਣ ਜਿਹੜੇ ਕੱਪੜੇ ਲੈ ਕੇ ਆਂਦੇ ਆ ਦਿਖਾਉਣੇ ਵੀ ਆ ਹਨਾ ਵੀ ਚਲੋ ਠੀਕ ਆ ਜੀ ਮਿਲਦੇ ਆ ਪੁਆਇੰਟ ਆ ਬਈ ਲਓ ਬਈ ਆਪਾਂ ਰੂਮ ਚ ਆ ਗਏ ਦੁਬਾਰਾ ਥੋੜਾ ਟਾਈਮ ਆਰਾਮ ਕਰਦੇ ਆ ਕਿਉਂਕਿ ਥਕੇਮਾ ਹਲਾ ਫੀਲ ਹੋ ਗਿਆ ਬੜੀ ਸਹੀ ਥਕੇਮਾ ਠੰਡ ਵੀ ਹੁਣ ਥੋੜੀ ਜਿਹੀ ਸ਼ਾਮ ਨੂੰ ਠੰਡ ਹੋ ਜਾਂਦੀ ਆ ਬਈ ਥੋੜਾ ਜਿਹਾ ਆਪਣਾ ਰੂਮ ਵੀ ਦਿਖਾ ਦਿਓ ਅੱਜ ਤੇ ਬਾਕੀ ਸਾਡਾ ਰੂਮ ਹੈਗਾ ਇਦਾਂ ਦਾ ਤੇ ਇੱਥੇ ਇੱਕ ਬੈੱਡ ਆ ਐਂ ਤਾਂ ਦੋ ਨਾਲ ਸੋਫੇ ਵੀ ਨੇ ਤੇ ਇੱਧਰ ਟੀਵੀ ਵੀ ਲੱਗਿਆ ਵਾ ਟੀਵੀ ਲੱਗਿਆ ਸਟੱਡੀ ਟੇਬਲ ਵੀ ਆ ਤੇ ਡਰੈਸਰ ਵੀ ਆ ਤੇ ਅਲਮਾਰੀ ਵੀ ਆ ਬਸ ਇੱਥੇ ਲਾਈਟ ਦੀ ਕਮੀ ਆ ਯੈਸ ਇੱਥੇ ਐਂ ਪੜ ਕੇ ਮੇਕਅਪ ਐਂ ਕਰਨਾ ਪੈਂਦਾ ਬਾਕੀ ਨਾ ਤੁਹਾਨੂੰ ਆਪਾਂ ਦੱਸਣਾ ਨਹੀਂ ਕਿਉਂਕਿ ਡਿਸਕਾਊਂਟ ਦਿੱਤਾ ਨਹੀਂ ਕਿਉਂਕਿ ਭਾਈ ਪਹਿਲਾਂ ਹੀ ਕਿਹਾ ਸੀ ਜੇ ਸਾਨੂੰ ਡਿਸਕਾਊਂਟ ਦਵੋਗੇ ਤਾਂ ਤੁਹਾਨੂੰ ਕਿਉਂਕਿ ਦੇਖੋ ਬਈ ਇਹ ਹੁਣ ਸਾਡਾ ਵੀ ਇਹੀ ਕੰਮ ਆਉਣੇ ਸੀ ਵੀ ਇਹਦੀ ਰੋਟੀ ਖਾਣੀ ਆ ਜੇ ਉਹ ਨਹੀਂ ਪੈਤਾ ਸੀ ਉਹ ਕਹਿੰਦੇ ਜੀ ਨਾ ਲਿਓ ਨਾ ਪਰ ਹੋਟਲ ਵਧੀਆ ਹੋਟਲ ਕਹਿੰਦਾ ਹੋਟਲ 5 ਸਟਾਰ ਵਾਲੀ ਫੀਲਿੰਗ ਤਾਂ ਦਿੰਦਾ ਤੇ ਬਾਕੀ ਪਾਣੀ ਪੁਣੀ ਵੀ ਗਰਮ ਰੱਜ ਕੇ ਆਉਂਦਾ ਵਾ ਰੱਜ ਕੇ ਤੇ ਬਾਕੀ ਆ ਜਿਹੜੇ ਪਰਦੇ ਨੇ ਨਾ ਇਹ ਸਾਨੂੰ ਕਰਦੀ ਆ ਤੇ ਸਾਨੂੰ ਜਮਾ ਹੀ ਇਹੀ ਪਰਦੇ ਸਾਡੇ ਘਰੇ ਆ ਦੂਏ ਕਮਰੇ ਚ ਇੱਕ ਸਾਡੇ ਵਾਲਾ ਕਮਰਾ ਜਿਹੜਾ ਉਹਦੇ ਨਾਲ ਕਮਰੇ ਆ ਸੇਮ ਪਰਦੇ ਅਸੀਂ ਆਪਦੀ ਗੱਡੀ ਖੜਾਇਆ ਏ ਸੋ ਮਨੂ ਭਾਈ ਕੇ ਸਾਥ ਮਾਲ ਰੋਡ ਤੇ ਜਾ ਰਹੇ ਹਾਂ ਮਨੂ ਭਾਈ ਕੇ ਸਾਥ ਮਾਲ ਰੋਡ ਤੇ ਛੋੜ ਦਿਓ ਭਾਈ ਮਨੂ ਭਾਈ ਗਾੜੀ ਬਹੁਤ ਤੇਜ਼ ਚਲਾਉਂਦੇ ਆ ਪਰ ਮਨੂ ਭਾਈ ਹਮ ਡਰਾਤੇ ਹਮ ਕੋ ਹੀਟ ਵੀ ਫੁੱਲ ਛੱਡੀ ਹੋਈ ਆ 2 ਮਿੰਟ ਤੱਕ ਪਿਆੜੀਆਂ ਆਉਣਗੀਆਂ ਤੇ ਗਰਮੀ ਲੱਗਣ ਲੱਗਦੀ ਐ ਨੇ ਅਨਐਕਸਪੈਕਟਡ ਥਿੰਗ ਹੋ ਗਈ ਇੰਨਾ ਇਕੱਠ ਮਾਲ ਰੋਡ ਤੇ ਉਮੀਦ ਨਹੀਂ ਸੀਗੀ ਇੰਨੀ ਸੋਚਿਆ ਹੀ ਨਹੀਂ ਸੀ ਇੰਨਾ ਇਕੱਠ ਮੈਂ ਅੱਜ ਤੱਕ ਦੇਖਿਆ ਨਹੀਂਗਾ ਜਦੋਂ ਜੂਨ ਜੁਲਾਈ ਜਦੋਂ ਵੀ ਉਹਨਾਂ ਨੇ ਅੱਗੇ ਵੀ ਬਟ ਇਹਦਾ ਪੂਰਾ ਫੁੱਲ ਭਰਿਆ ਦਾ ਭਰਿਆ ਪਿਆ ਵਾ ਇੰਨੇ ਇਕੱਠ ਦਾ ਪਤਾ ਵੀ ਲੱਗ ਜਾ ਬਲੌਗ ਕਰੀ ਚੱਲੋ ਕਿਸੇ ਨੂੰ ਕੀ ਪਤਾ ਲੱਗਣਾ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਤੇ ਉਹ ਬਾਈ ਬਾਲਾ ਇਕੱਠ ਹੈ ਸ਼ਾਮ ਦੇ 7 ਵਜੇ
5 ਮਿੰਟ ਲਈ ਕਰਨ ਦਾ ਮੂਡ ਪੂਰਾ ਹੈਪੀ ਹੁੰਦਾ ਜਦੋਂ ਆ ਨੈਟਵਰਕ ਪੂਰਾ ਤੇਜ਼ ਹੋ ਜਾਂਦਾ ਜਦੋਂ ਸਲੋ ਹੋ ਜਾਂਦਾ ਫਿਰ ਮੂਡ ਢਿੱਲਾ ਹੋ ਜਾਂਦਾ ਫਿਰ ਰੋਣ ਲੱਗ ਜਾਂਦੀ ਫਿਰ ਜਦੀ ਰੋਣ ਲੱਗ ਜਾਂਦੀ ਆਈਫੋਨ ਦੀ ਵੀਡੀਓ ਨਹੀਂ ਪੈਂਦੀ ਆਈਫੋਨ ਨੇ ਹੁਣ ਪੂਰੀ ਤੰਗ ਆ ਵੀਡੀਓ ਪੈ ਨਹੀਂ ਰਹੀ ਜਿੱਥੇ ਮਰਜ਼ੀ ਲੈ ਜਾਓ ਇਹਨੂੰ ਚਾਰ ਦੋ ਉੱਤੇ ਲਓ ਬਈ ਆਹ ਬੜਾ ਕਸ਼ਟ ਆ ਤੁਹਾਡੇ ਵਾਲਾ ਔਖਾ ਵਾ ਨੈਟਵਰਕ ਦਾ ਵੈਸੇ ਹੁਣ ਸਾਡੇ ਵਾਲਾ ਕੰਮ ਲੋਟ ਆ ਰਾਤ ਨੂੰ ਵੀਡੀਓ ਲਾ ਕੇ ਪੈ ਜਾਓ ਸਵੇਰ ਨੂੰ ਪੈ ਜਾਂਦੀ ਆ ਤੇ ਇੱਕ ਗੱਲ ਹੋਰ ਹੁਣ ਕੰਫੀਡੈਂਸ ਬਿਲਟ ਹੋ ਗਿਆ ਮਨਾਲੀ ਆ ਕੇ ਪੁੱਛੋ ਕਿਵੇਂ ਕਿਵੇਂ ਡਰ ਨਹੀਂ ਲੱਗਦਾ ਵਲੌਗ ਬਣਾਉਣ ਨੂੰ ਰੇ ਨਾਲੇ ਕਿੰਨਾ ਘੱਟ ਆਲੇ ਦਾਲੇ ਕੋਈ ਚੱਕਰ ਹੀ ਨਹੀਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹਾਂ ਜਾਣ ਤਾਂ ਕਈ ਊਂ ਬਿਜ਼ੀ ਆ ਕਈ ਦਾਰੂ ਪੀ ਕੇ ਬਿਜ਼ੀ ਆ ਕਈਆਂ ਦੀ ਲੈ ਗਈ ਪੀਤੀ ਹੋਈ ਦੁਬਾਰਾ ਠੀਕ ਸਮਝ ਗਏ ਕਿਹਨੂੰ ਕਿਹਾ ਟੌਂਟ ਤਾਂ ਸਿਆਣੇ ਸਮਝ ਗਏ ਹੋਣੇ ਆ ਨਿਆਣੇ ਸਮਝ ਜਾਣਗੇ ਥੋੜੇ ਟਾਈਮ ਤੱਕ ਚਲੋ ਦੋ ਜਹਦ ਪੂਰੀ ਜਾਰੀ ਆ ਆਹ ਦੁਕਾਨ ਤੋਂ ਹੌਟਸਪੋਟ ਲੈ ਕੇ ਫਿਰ ਅਪਲੋਡ ਹੋ ਰਿਹਾ ਹੁਣ ਸਾਡੇ ਫੋਨ ਸਾਰੇ ਜਵਾਬ ਦੇ ਗਏ ਜਿਵੇਂ ਖੜਾ ਰਹਿੰਦਾ ਬਾਈ ਦੇ ਦੇ ਹੌਟਸਪੋਟ ਬਾਈ ਦੇ ਦੇ ਹੌਟਸਪੋਟ 11 ਹੋ ਗਈ 11% ਹੋ ਗਈ ਬਾਈ ਟਾਈਮ ਇਹਨਾਂ ਦਾ ਵਲੌਗਾਂ 'ਚ ਲੇਟ ਹੋ ਗਿਆ ਹੋਣਾ 8 ਤਾਂ ਵੱਜ ਗਏ 8 ਤੋਂ 15 ਮਿੰਟ ਰਹਿੰਦੇ ਆ ਕੀ ਹਾਲ ਆ ਦੇਖਦੇ ਹਾਂ ਕਿੰਨੇ ਮਿੰਟਾਂ 'ਚ ਪੈਂਦਾ ਅੱਜ ਕੀ ਬਣਦਾ ਜਹਿਦ ਹਲੇ ਵੀ ਪੂਰੀ ਜਾਰੀ ਹੈ ਹੁਣ ਹੋਟਲ ਦਾ ਜਾ ਕੇ ਵਾਈਫਾਈ ਲਾਇਆ ਕਿੰਨਾ ਹੋ ਗਿਆ 99 ਸਵਾ 8 8:20 ਤੱਕ ਪਹੁੰਚੀ ਗੁੱਡ ਵਰਕ ਗਾਇਸ ਹੈਲੋ ਮੇਰੇ ਵੀ ਦੋ ਮੋਢੇ ਆ ਜਸਟ ਜੋਕਿੰਗ ਤੁਸੀਂ ਤਾਂ ਮੈਂ ਤੁਹਾਡੇ ਕੁੱਟੂੰਗਾ ਜਿਵੇਂ ਕਦੇ ਤੁਹਾਡੇ ਕੁੱਤੇ ਨਹੀਂ ਹੈਗੇ ਲਓ ਜੀ ਇਹਨਾਂ ਦਾ ਵੀ ਵਲੌਗ ਅਪਲੋਡ ਹੋ ਗਿਆ ਤੇ ਅਸੀਂ ਵੀ ਹੁਣ ਆਪਦੇ ਹੋਟਲ ਚ ਪਹੁੰਚ ਕੇ ਸੋਹਣੀ ਜਿਹੀ ਲਿਫਟ ਦਾ ਨਜ਼ਾਰਾ ਅਸੀਂ ਵੀ ਲੈ ਲਿਆ ਸਾਡਾ ਕਮਰਾ ਹੈਗਾ 12ਵੀਂ ਫਲੋਰ ਤੇ ਤੇ ਬਾਕੀ ਸਭ ਕੁਝ ਠੀਕ ਆ ਹੁਣ ਆਪਾਂ ਵੀਡੀਓ ਕਰਦੇ ਹਾਂ ਇੱਥੇ ਐਂਡ ਤੇ ਤੁਹਾਨੂੰ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਤੇ ਹਾਂ ਸਾਡੇ ਦੋਨਾਂ ਚੈਨਲ 'ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀਡੀਓ ਅੱਡ ਅੱਡ ਹੋਣ ਤਾਂ ਕਰਕੇ ਦੋਨੇ ਪਾਸੇ ਦੇਖ ਲਿਆ ਕਰੋ ਮੈਂ ਅਸੀਂ ਕੋਸ਼ਿਸ਼ ਪੂਰੀ ਆ ਸਾਡੀ ਕਿ ਵੀਡੀਓ ਅੱਡ ਅੱਡ ਹੋਣੇ ਅਸੀਂ ਕਈ ਸੀਨ ਉੱਧਰੋਂ ਛੱਡ ਦਿੰਦੇ ਹਾਂ ਕਈ ਸੀਨ ਇੱਧਰ ਛੱਡ ਦਿੰਦੇ ਹਾਂ ਚੰਗਾ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ ਗੁੱਡ ਨਾਈਟ